ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮ ਅਲੈਕੁਮ ਉਮੀਦ ਕਰਦਾ ਹਾਂ ਮੇਰੇ ਸਾਰੇ ਭਰਾ ਠੀਕ ਠਾਕ ਹੋਣਗੇ ਖੈਰ ਖਰੀਤ ਨਾਲ ਹੋਣਗੇ ਜ਼ੇਬ ਐਗਰੀ ਫਾਰਮ ਦੇ ਪਲੇਟਫਾਰਮ ਤੋਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਖੁਸ਼ ਆਮਦੀਦ ਕਹਿੰਦਾ ਮੇਰੇ ਨਾਲ ਮੁਹੰਮਦ ਅਸ਼ਰਫ ਮੌਜੂਦ ਨੇ ਜਿਹੜੇ ਕਿ ਇੱਕ ਤਜਰਬਾਕਾਰ ਜ਼ਿੰਮੇਦਾਰ ਵੀ ਨੇ ਤੇ ਅੱਜ ਕੁਝ ਗੱਲਾਂ ਸਾਂਝੀਆਂ ਕਰਾਂਗੇ ਆਪਾਂ ਕਣਕ ਦੀ ਬਜਾਈ ਦੇ ਹਵਾਲੇ ਨਾਲ ਇਹਨਾਂ ਨੂੰ ਪੁੱਛਾਂਗੇ ਕਿ ਕਣਕ ਦੀ ਬਜਾਈ ਦਾ ਕੀ ਤਰੀਕਾ ਕਾਰ ਹੁੰਦਾ ਮਮਦ ਅਸ਼ਰਫ ਸਾਹਿਬ ਤੋਂ ਅੱਜ ਅਸੀਂ ਪੁੱਛਾਂਗੇ ਕਿ ਕਣਕ ਬੀਜਣ ਵਾਲੀ ਫਸਲ ਦੀ ਤਿਆਰੀ ਜਿਹੜੀ ਕਰੀਦੀ ਹੈ ਜ਼ਮੀਨ ਦੀ ਉਹ ਕਿੱਥੋਂ ਸ਼ੁਰੂ ਕਰੀਦੀ ਹੈ ਹਲਫ਼ ਤੋਂ ਲੈ ਕੇ ਇਹ ਤੱਕ ਸਾਨੂੰ ਸਮਝਾਉਣ ਤਾਂ ਕਿ ਸਾਡੇ ਸੁਣਨ ਵਾਲੇ ਜਿਹੜੇ ਨਵੇਂ ਜ਼ਿਮੀਦਾਰ ਹੈ ਮੇਰੇ ਵਾਂਗੂ ਜਿਨ੍ਹਾਂ ਨੇ ਹੁਣੇ-ਹੁਣੇ ਜ਼ਿਮੀਦਾਰਾ ਸ਼ੁਰੂ ਕੀਤਾ ਹੈ ਉਹਨਾਂ ਦਾ ਵੀ ਭਰਪੂਰ ਫਾਇਦਾ ਹੋ ਸਕੇ ਔਰ ਇਸ ਵੀਡੀਓ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸ਼ੇਅਰ ਕਰਨਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਭਰਾਵਾਂ ਦਾ ਫਾਇਦਾ ਹੋ ਸਕੇ ਆਪਣਾ ਜਿਹੜਾ ਮੁਲਕ ਹੈ 70% ਤੋਂ ਜ਼ਿਆਦਾ ਆਬਾਦੀ ਜ਼ਿਮੀਦਾਰਾਂ ਨਾਲ ਵਬਸਤਾ ਹੈ ਲੇਕਿਨ ਬਦ ਕਿਸਮਤੀ ਇਹ ਹੈ ਕਿ ਸਾਡੀ ਗਵਰਨਮੈਂਟ ਜ਼ਿਮੀਦਾਰਾਂ ਨੂੰ ਐਡੀ ਕੋਈ ਸਪੋਰਟ ਨਹੀਂ ਕਰਦੀ ਹਰ ਚੀਜ਼ ਮਹਿੰਗੀ ਹੈ ਖਾਦ ਮਹਿੰਗੀ ਹੈ ਬੀਜ ਮਹਿੰਗਾ ਹੈ ਟਿਊਬਲ ਦਾ ਪਾਣੀ ਇੰਨਾ ਮਹਿੰਗਾ ਹੈ ਉਹ ਟਿਊਬਲ ਦਾ ਪਾਣੀ ਕਿਉਂ ਮਹਿੰਗਾ ਕਿਉਂਕਿ ਬਿਜਲੀ ਮਹਿੰਗੀ ਹੈ ਬੇਤਹਾਸ਼ਾ ਕਿਸਮ ਦੇ ਟੈਕਸਸ ਲਾਏ ਹੋਏ ਨੇ ਕਿਸੇ ਕਿਸਮ ਦਾ ਕੋਈ ਰਿਲੀਫ ਕਾਸ਼ਤਕਾਰ ਨੂੰ ਨਹੀਂ ਮਿਲਦਾ ਜਿਹਦੀ ਵਜ੍ਹਾ ਤੋਂ ਬਹੁਤ ਸਾਰੇ ਲੋਕ ਦਿਲ ਬਰਦਾਸ਼ਤਾ ਹੋ ਕੇ ਜ਼ਿਮੀਦਾਰਾ ਛੱਡ ਕੇ ਸ਼ਹਿਰਾਂ ਦਾ ਰੁਖ ਕਰਦੇ ਨੇ ਉੱਥੇ ਫੈਕਟਰੀਆਂ ਵਗੈਰਾ ਦੇ ਵਿੱਚ ਕੰਮ ਕਰਨ ਲਈ ਆਪਣੀ ਜਿਹੜੀ ਕੋਈ ਥੋੜੀ-ਬਹੁਤ ਜ਼ਮੀਨ ਹੁੰਦੀ ਉਹਨੂੰ ਠੇਕੇ ਤੇ ਚੜਾ ਦਿੰਦੇ ਨੇ ਹੁਣ ਕੁਝ ਬਿਹਤਰੀ ਆ ਰਹੀ ਹੈ ਕਾਫੀ ਲੋਕ ਜ਼ਿਮੀਦਾਰੇ ਵੱਲ ਪਲਟ ਰਹੇ ਨੇ ਜ਼ਿਮੀਦਾਰਾ ਸ਼ੁਰੂ ਕਰ ਰਹੇ ਨੇ ਤੇ ਮੈਂ ਵੀ ਕਹਾਂਗਾ ਕਿ ਸਾਨੂੰ ਜ਼ਿਮੀਦਾਰਾ ਕਰਨਾ ਚਾਹੀਦਾ ਐਸੇ ਮਿੱਟੀ 'ਚੋਂ ਰਜ਼ਕ ਤਲਾਸ਼ ਕਰਨਾ ਚਾਹੀਦਾ ਇਹ ਮਿੱਟੀ ਹਰ ਕਿਸੇ ਨੂੰ ਰਜ਼ਕ ਦਿੰਦੀ ਹੈ ਤੇ ਮੁਹੰਮਦ ਅਸ਼ਰਫ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ ਠੀਕ ਆ ਸ਼ੁਕਰ ਅੱਲਾ ਦਾ ਜੀ ਤੁਸੀਂ ਬਿਲਕੁਲ ਰਿਲੈਕਸ ਹੋ ਕੇ ਗੱਲ ਕਰਨੀ ਹੈ ਹਾਂਜੀ ਤੇ ਸਾਨੂੰ ਦੱਸੋ ਵੀ ਇੱਕ ਏਕੜ ਜਿਹੜਾ ਹੈਗਾ ਉਹਦੀ ਤਿਆਰੀ ਆਪਾਂ ਕਿੱਥੋਂ ਸ਼ੁਰੂ ਕਰੀਏ ਆਪਾਂ ਇੱਕ 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 ਕਿੱਲੇ ਤੋਂ ਲੈ ਕੇ ਗੱਲ ਚੱਲਦੇ ਹਾਂ ਇੱਕ ਕਿੱਲਾ ਕਿਸੇ ਨੇ ਕਾੜਾ ਕਲਾਉਣੀ ਹੈ ਤਾਂ ਉਹਦੀ ਤਿਆਰੀ ਕਿਹੜੇ ਮਰਲੇ ਤੋਂ ਸ਼ੁਰੂ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਭਾਈ ਜਾਨਾ ਜੇ ਬੋਹਣ ਵਾਲੀ ਨੂੰ ਚੰਗੀ ਤਰ੍ਹਾਂ ਵਾਓ ਤਿੰਨ ਚਾਰ ਸੀਆਂ ਲਾਓ ਰੂਟਰ ਮਾਰੋ ਪਹਿਲੇ ਫਿਰ ਦੋ ਤਿੰਨ ਸੀਆਂ ਲਾਓ ਉਸ ਤੋਂ ਬਾਅਦ ਫਿਰ ਵੀ ਬੋਹ ਦੋ ਤੁਸੀਂ ਸੁਹਾਗਾ ਮਾਰੋ ਚੰਗੀ ਤਰ੍ਹਾਂ ਚੰਗੀ ਜ਼ਮੀਨ ਹੋਣੀ ਚਾਹੀਦੀ ਤੁਹਾਡੀ ਅੱਛਾ ਵੱਤਰ ਕਿਵੇਂ ਹੋਣਾ ਚਾਹੀਦਾ ਜੇ ਤੁ ਆਪਾਂ ਬੋਣੀ ਹੈ ਜ਼ਮੀਨ ਮਿਸਾਲ ਦੇ ਤੌਰ ਤੇ ਹੁਣ ਇਸ ਤੋਂ ਪਹਿਲੇ ਨਰਮੇ ਸੀਗੇ ਨਰਮੇ ਵਾਲੀ ਜ਼ਮੀਨ ਜਿਹੜੀ ਹੈਗੀ ਉਹ ਹੁਣ ਇੱਕ ਬੰਦੇ ਦਾ ਨਰਮਾ ਖੜਾ ਹੈ ਉੱਥੇ ਕਪਾਹ ਖੜੀ ਹੈ ਉਹ ਕਿੰਨੇ ਦਿਨ ਪਹਿਲਾਂ ਪਾਣੀ ਲਾ ਦੇਵੇ ਤਾਂ ਕਿ ਜਿਹੜਾ ਵੱਤਰ ਸਹੀ ਹੋਵੇ ਤੇ ਉਹ ਬਜਾਈ ਉਹਦੀ ਐਨ ਇਹ ਐਨ ਟਾਈਮ ਤੇ ਹੋ ਜਾਵੇ ਆਖਰੀ ਪਾਣੀ ਮਿਸਾਲ ਦੇ ਤੌਰ ਤੇ ਉਹ ਕਿਦੋਂ ਲਾਵੇ 1 ਕੰ ਨਵੰਬਰ ਤੋਂ ਮੇਰਾ ਖਿਆਲ ਹੈ ਬਜਾਈ ਸ਼ੁਰੂ ਹੋ ਜਾਂਦੀ ਹੈ ਤੇ 1 ਕੰ ਨਵੰਬਰ ਤੋਂ ਕਿੰਨੇ ਦਿਨ ਪਹਿਲਾਂ ਉਹਨੂੰ ਪਾਣੀ ਲਾਉਣਾ ਚਾਹੀਦਾ ਆਖਰੀ ਆਪ ਦੇ ਕਪਾਹ ਤਕਰੀਬਨ 10 ਕੋ ਦਿਨ ਪਹਿਲੇ ਲਾ ਦੇਵੇ अच्छा हां जी ਉਸ ਤੋਂ ਬਾਅਦ ਜੇ ਜ਼ਮੀਨ ਦਾ ਹਸਾਬ ਆ ਜੇ ਪੱਕੀ ਜ਼ਮੀਨ ਆ ਤੇ ਉਹ 15 ਦਿਨ ਪਹਿਲੇ ਲਾ ਦੇਵੇ ਜੇ ਹੈਗੀ ਰੇਤਲੀ ਕੋਸ਼ ਪਸਰ ਫਿਰ 15 ਦਿਨ ਪਹਿਲੇ 10 ਦਿਨ ਲਾ ਦੇਵੇ ਕਿਉਂਕਿ ਬੱਤਰ ਜਲਦੀ ਆ ਜਵੇ ਸਹੀ ਹਾਂਜੀ ਉਸ ਤੋਂ ਬਾਅਦ ਫਿਰ ਰੂਟਰ ਮਾਰ ਦੇਵੇ اچھا ਰੂਟਰ ਤੋਂ ਬਾਅਦ ਫਿਰ ਦੋ ਤਿੰਨ ਸੀਆਂ ਲਾ ਦੇਵੇ ਤਿੰਨ ਸੀਆਂ ਲਵਣੀਆਂ ਚਾਹੀਦੀਆਂ ਇਹ ਮੈਨ ਚੰਗੀ ਤਿਆਰ ਕਰਨੀ ਚਾਹੀਦੀ ਸਹੀ ਹਾਂਜੀ ਅੱਛਾ ਸੀ ਦਾ ਮੈਨੂੰ ਪਤਾ ਨਹੀਂ ਲੱਗ ਰਿਹਾ ਕੋਈ ਬਹੁਤ ਸਾਰੇ ਸਾਡੇ ਸੁਣਨ ਵਾਲੇ ਹੋਣਗੇ ਜਿਨ੍ਹਾਂ ਨੂੰ ਸੀ ਦਾ ਨਹੀਂ ਪਤਾ ਲੱਗ ਸੀ ਤੁਸੀਂ ਕੀ ਨੂੰ ਕਹਿੰਦੇ ਹੋ ਜਿਹਨੂੰ ਇੱਕ ਇੱਕ ਹਾਲ ਆਪਾਂ ਕਹਿੰਦੇ ਉਹਨੂੰ ਇੱਕ ਸੀ ਕਹਿੰਦੇ ਅੱਛਾ ਹਾਲ ਪਿਆਂ ਦੀ ਹਾਲ ਚਲਾਵੇ ਉਹਦੇ ਵਿੱਚ ਤਿੰਨ ਦਫਾ ਹਾਲ ਚਲਾਵੇ ਹਾਂ ਤਿੰਨ ਦਫਾ ਹਾਲ ਚਲਾਵੇ ਸਹੀ ਸਹੀ ਹਾਂਜੀ ਉਸ ਤੋਂ ਬਾਅਦ ਫਿਰ ਛੱਟਾ ਦੇ ਦਿਓ ਜਾਂ ਡ੍ਰਿਲ ਕਰਨੀ ਹੋ ਡ੍ਰਿਲ ਕਰ ਦਿਓ ਅੱਛਾ ਯਾਨੀ ਕਿ ਦੋ ਤਰੀਕਾ ਕਾਰ ਇਹਦੇ ਚ ਮੇਰੇ ਵੀ ਮੁਸ਼ਾਇਦੇ ਚ ਦੋ ਆਏ ਕੁਝ ਲੋਕ ਡਰਿਲ ਕਰਦੇ ਨੇ ਤੇ ਕੁਝ ਲੋਕ ਜਿਹੜੇ ਹੈਗੇ ਛੱਟਾ ਦਿੰਦੇ ਨੇ ਤੇ ਦੋਵੇਂ ਤਰੀਕਾ ਕਾਰ ਮੇਰੇ ਖਿਆਲ ਨਾਲ ਮਤਲਬ ਤਿੰਨ ਤਰੀਕਾ ਕਾਰ ਇੱਕ ਹੈਗੀ ਜ਼ੀਰੋ ਡਰਿਲ ਅੱਛਾ ਉਹ ਸਿਰਫ ਆਪਾਂ ਸੁਹਾਗਾ ਹੀ ਮਾਰਨਾ ਜੇ ਰੂਟਰ ਤੇ ਚਲਾ ਦੇਣੀ ਆ ਅੱਛਾ ਬੀ ਵੀ ਨਾਲ ਡੀਏਪੀ ਪੈ ਜਾਏਗੀ ਅੱਛਾ ਹਾਂਜੀ ਜੜ ਦੇ ਵਿੱਚ ਉਸ ਤੋਂ ਬਾਅਦ ਇੱਕ ਹੈ ਦੂਸਰੀ ਡਰਿਲ ਆਮ ਡਰਿਲ ਸਹੀ ਇੱਕ ਛੱਟੇ ਵਾਲਾ ਹੈ ਤਿੰਨ ਕਿਸਮ ਦੇ ਆ ਬੁਝਾਈ ਹੋ ਰਹੀ ਹੈ ਸਹੀ ਹਾਂਜੀ ਅੱਛਾ ਡੀਏਪੀ ਦਾ ਵੀ ਮੈਂ ਤੁਸੀ ਆਪੇ ਹੀ ਜ਼ਿਕਰ ਕਰ ਲਿਆ ਤੇ ਮੈਂ ਤੁਹਾਨੂੰ ਦੋ ਪੁੱਛਣਾ ਚਾਹੁੰਦਾ ਕਿ ਡੀਏਪੀ ਆਪਾਂ ਨੂੰ ਕਿਦੋਂ ਪਾਉਣੀ ਚਾਹੀਦੀ ਹੈ ਇੱਕ ਕੀ ਆਇਆ ਕਿ ਜਦੋਂ ਆਪਾਂ ਬੁਹਾਈ ਕਰਦੇ ਹਾਂ ਤੇ 20 ਸੱਟਣ ਤੋਂ ਪਹਿਲੇ ਡੀਏਪੀ ਪਾਉਣੀ ਚਾਹੀਦੀ ਹੈ ਜਾਂ ਬੀ ਦੇ ਨਾਲ ਪਾਉਣੀ ਚਾਹੀਦੀ ਹੈ ਜਾਂ ਪਹਿਲੇ ਪਾਣੀ ਤੇ ਵੀ ਲੋਕ ਪਾਉਂਦੇ ਪਹਿਲੇ ਪਾਣੀ ਤੇ ਬਿਹਤਰ ਰਹਿੰਦਾ ਜੀ ਅੱਛਾ ਪਹਿਲੇ ਪਾਣੀ ਤੇ ਹਾਂਜੀ ਪਹਿਲੇ ਪਾਣੀ ਤੇ ਬਿਹਤਰ ਠੀਕ ਤੇ ਆਪਾਂ ਹੁਣ ਫਲੱਡ ਕਰ ਦੋ ਉਸ ਤੋਂ ਬਿਹਤਰ ਆ ਪਹਿਲੇ ਪਾਣੀ ਤੇ ਸਹੀ ਅੱਛਾ ਆਪਾਂ ਹੁਣ ਜ਼ਮੀਨ ਤਿਆਰ ਕਰ ਲਈ ਜਿਵੇਂ ਤੁਸੀਂ ਦੱਸਿਆ ਕਿ 10 15 ਵੀਜਣ ਤੋਂ 10 15 ਦਿਨ ਪਹਿਲਾਂ ਅਸੀਂ ਪਾਣੀ ਲਾ ਲਿਆ ਤਾਂ ਕਿ ਉਹਦਾ ਬੱਤਰ ਠੀਕ ਆ ਜਾਵੇ ਤੇ 1 ਕਵ ਨਵੰਬਰ ਤੋਂ ਬਜਾਈ ਸ਼ੁਰੂ ਹੋ ਜਾਂਦੀ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਤੇ ਅੱਜ 25 ਨਵੰਬਰ ਹੈ ਮੇਰਾ خیال ਬਹੁਤ ਸਾਰੇ ਲੋਕਾਂ ਨੇ ਆਪਣੀ ਬਜਾਈ ਮੁਕੰਮਲ ਕਰ ਰਹੀ ਹੈ ਲੇਕਿਨ ਹਲੇ ਤੱਕ ਵੀ ਮਤਲਬ ਬਜਾਈ ਆਸ-ਪਾਸੇ ਹੋ ਰਹੀ ਹੈ ਕਿਉਂਕਿ ਮੱਕਈ ਵਾਲੀਆਂ ਜੜੀਆਂ ਵਾਣ ਸੀਗੇ ਹੁਣ ਕਿਤੇ ਵੇਲੇ ਹੁੰਦੇ ਫਿਰਦੇ ਤੇ ਉਹਨਾਂ ਵਿੱਚ ਵੀ ਕਾਣਾ ਕੀ ਲਾਉਣੀ ਹੈ ਲੋਕਾਂ ਨੇ ਹਲੇ ਬਜਾਈ ਆਪਣੇ ਜੋਬਨ ਤੇ ਚੱਲ ਰਹੀ ਹੈ ਉਹ 20 ਵੱਧ ਪੈ ਜਾਏਗਾ ਫਿਰ 5 ਕਿਲੋ 5 ਕਿਲੋ ਦੇ ਹਿਸਾਬ ਨਾਲ ਸਹੀ ਅੱਛਾ ਇਹ 1 ਕੰ ਨਵੰਬਰ ਤੋਂ 15 ਨਵੰਬਰ ਤੱਕ ਜੇ ਬਜਾਈ ਹੋਵੇ ਮੇਰਾ ਖਿਆਲ ਹੈ ਆਈਡੀਅਲ ਵਕਤ ਹੈਗਾ ਅਗੇਤੀ ਕਣਕ ਲਾਉਣ ਲਈ ਹਾਂਜੀ ਤੇ ਇਹਦੇ ਵਿੱਚ 1 ਕਿੱਲੇ ਦਾ ਕਿੰਨਾ ਬੀ ਪਾਉਣਾ ਚਾਹੀਦਾ ਇਹਦੇ ਚ 1 ਕਿੱਲੇ ਦਾ 55 ਕਿਲੋ ਬੀ ਪਾਉਣਾ ਚਾਹੀਦਾ ਜੀ ਠੀਕ ਹੋ ਗਿਆ ਜੀ ਹਾਂਜੀ ਹੁਣ ਪਛੇਤਰੀ ਦੀ ਕਾਸ਼ਟਾ ਨਾ 55 ਕਿਲੋ ਬੀ ਪਾਉਣਾ ਚਾਹੀਦਾ ਸਹੀ ਨਹੀਂ ਪਛੇਤਰੀ ਵਿੱਚ 55 ਕਿਲੋ ਪਾਣਾ ਚਾਹੀਦਾ ਜਿਨ੍ਹਾਂ ਨੇ ਲੋਕਾਂ ਨੇ ਟਾਈਮ ਨਾਲ ਵੀਜੀਲੀ ਬੀਜ ਲਈਏ ਉਹ ਮੇਰਾ ਖਿਆਲ 45 ਕਿਲੋ ਵੀ ਬਹੁਤ 45 ਤੋਂ 50 45 ਤੋਂ 50 ਕਿਲੋ ਇੱਕ ਜਿਹੜਾ ਹੈਗਾ ਇਹ ਕੀਕਰ ਦਾ 20 ਇਹ ਬਹੁਤ ਤੇ ਜਿਵੇਂ ਜਿਵੇਂ ਦਿਨ ਲੇਟ ਹੁੰਦੇ ਜਾਂਦੇ ਤੇ ਬੀਜ ਦੀ ਮਿਕਦਾਰ ਥੋੜੀ ਜੀ ਤੁਹਾਨੂੰ ਵਧਾਉਣੀ ਪੈਣੀ ਹੈ ਤੇ ਅੱਜ ਕੱਲ ਜਿਹੜੇ ਲੋਕ ਬਿਜਾਈ ਕਰ ਰਹੇ ਨੇ ਨਵੰਬਰ ਦਾ ਐਂਡ ਚੱਲ ਰਿਹਾ ਤੇ ਤਕਰੀਬਨ 55 ਤੋਂ 60 ਕਿਲੋ ਤੱਕ ਵੀ ਬੀ ਬੀ ਲੋਕ ਪਾ ਰਹੇ ਨੇ ਹਾਂਜੀ ਠੀਕ ਹੋ ਗਿਆ ਜੀ ਤੇ ਬੀ ਦੀਆਂ ਸਾਨੂੰ ਕੋਈ ਨਸਲਾਂ ਦੱਸੋ ਕਿਸਮਾਂ ਦੱਸੋ ਜਿਹੜੀਆਂ ਕਿ ਜ਼ਿਆਦਾ ਮਸ਼ਹੂਰ ਨੇ ਤੇ ਜਿਹੜੀਆਂ ਦੀ ਪੈਦਾਵਾਰ ਵੀ ਚੰਗੀ ਹੈ ਅਕਬਰਾ ਜੀ ਭੱਖਰ ਵੀ ਚੱਲ ਰਿਹਾ ਫੈਸਲਾਬਾਦ ਚੱਲ ਰਿਹਾ ਤੇ ਗੈਲੈਕਸੀ ਗੈਲੈਕਸੀ ਤਿੰਨ ਚਾਰ ਕਿਸਮ ਦੇ ਬੀ ਹੈ ਜਿਹੜੇ ਟਾਪ ਦੇ ਸਹੀ ਸਹੀ ਹਾਂਜੀ ਹਾਂ ਇੱਕ ਹੋਰ ਬੀ ਹੈਗਾ ਦਿਲਕਸ਼ੋਦੀ ਵੀ ਪੈਦਾਵਾਰ ਅੱਛੀ ਦੱਸਦੇ ਨੇ ਚਲੋ ਇਹ ਤਾਂ ਬਿਜਾਈ ਦਾ ਅਮਲ ਵੀ ਮੁਕੰਮਲ ਹੋ ਗਿਆ ਤੇ ਪਹਿਲਾ ਪਾਣੀ ਜਿਹੜਾ ਹੈਗਾ ਉਹ ਲਾਣਾ ਚਾਹੀਦਾ तकरीबन ਪਹਿਲੇ ਪਾਣੀ ਦਾ ਅਗਰ ਅਸੀਂ ਗੱਲ ਕਰੀਏ ਤਾਂ ਪਹਿਲਾ ਪਾਣੀ ਬਜਾਈ ਦੇ ਕਿੰਨੇ ਦਿਨਾਂ ਬਾਅਦ ਲਾਈਦਾ 22 ਦਿਨ ਬਾਅਦ 22 ਦਿਨ ਤੋਂ 25 ਦਿਨ ਤੱਕ 22 ਤੋਂ 25 ਦਿਨ ਬਾਅਦ ਪਾਣੀ ਲਾਈਦਾ ਅੱਛਾ ਇੱਕ ਅਸ਼ਰਫ ਭਾਈ ਇੱਕ ਹੋਰ ਮੇਰੀ ਗੱਲ ਮੁਸ਼ਾਹਦੇ ਵਿੱਚ ਆਈ ਹੈ ਕਿ ਆਪ ਆਪਾਂ ਵੀ ਆਪਣਾ ਦੇਖਿਆ ਹੋਣਾ ਤੁਸੀਂ ਵੀ ਕਿ ਗੰਧ ਕਾਫੀ ਹੋ ਜਾਂਦਾ ਹੈ ਕਪਾਹ ਕਣਕ ਜਿਵੇਂ ਜਿਵੇਂ ਵੱਢੀ ਹੁੰਦੀ ਨਾਲ ਗੰਧ ਵੀ ਕਾਫੀ ਕਿਉਂਕਿ ਉਸ ਵਾਣ ਦੇ ਵਿੱਚ ਕੋਈ ਹੋਰ ਜਿਹੜੀ ਫਸਲ ਰਹੀ ਹੋਵੇ ਉਹਦਾ ਬੀ ਵੀ ਜ਼ਮੀਨ ਰੱਖ ਲੈਂਦੀ ਹੈ ਤੇ ਉਹ ਵੀ ਸਰੋਂ ਕਾਫੀ ਮੈਂ ਜਗ੍ਹਾ ਤੇ ਕੀ ਹੋਈ ਹੋਈ ਨਾਲ ਤੇ ਉਹਦਾ ਕੀਤਦਾਰਕ ਕੀਤਾ ਜਾ ਸਕਦਾ ਭਾਈ ਜਾਨ ਪਹਿਲੇ ਪਾਣੀ ਦੇ ਤੁਸੀਂ ਤਰਵਤਰ ਜੇ ਸਪਰੇਅ ਕਰ ਦੋ ਉਹਨੂੰ ਉਹ ਲਾਜ਼ਮੀ ਕਰੋ ਕਿਉਂਕਿ ਨੇ ਥਲੇ ਨਪ ਦੇਣੀ ਹੈ ਕਣਕ ਸਹੀ ਹਾਂਜੀ ਕਣਕ ਦੀ ਬ੍ਰੋਤ ਨਹੀਂ ਰੋਕ ਦੇਗੀ ਸਹੀ ਸਹੀ ਪਰ ਉੱਤੇ ਚੜ ਜਾਏਗੀ ਫੇ ਫਾਇਦਾ ਕੋਈ ਨਹੀਂ ਹੁੰਦਾ ਸੇ ਯਾਨੀ ਅਗਰ ਤੁਸੀਂ ਪਹਿਲਾ ਪਾਣੀ ਲਾ ਲਿਆ ਤੇ ਤੁਸੀਂ ਦੇਖ ਰਹੇ ਹੋ ਕਿ ਕੋਈ ਹੋਰ ਵੀ ਮਤਲਬ ਕੜੰਗ ਦੇ ਬੂਟਿਆਂ ਤੋਂ ਇਲਾਵਾ ਵੀ ਤੁਹਾਨੂੰ ਕੋਈ ਜੜੀ ਬੂਟੀ ਨਜ਼ਰ ਆ ਰਹੀ ਹੈ ਤਾਂ ਉਹਦੇ ਲਈ ਗੰਦ ਵਾਲੀ ਸਪਰੇਅ ਤੁਸੀਂ ਲਾਜ਼ਮੀ ਕਰੋ ਤੇ ਟਾਈਮ ਸ਼ੇਅਰ ਕਰੋ ਜੇ ਤੁਸੀਂ ਟਾਈਮ ਸ਼ੇਅਰ ਨਹੀਂ ਤਾਂ ਪਹਿਲੇ ਲਾਜ਼ਮੀ ਕਰੋ ਨਾ ਤੁਸੀਂ ਚੋੜੇ ਪੱਤੇ ਵਾਲੀ ਸਪਰੇਅ ਜਿਹੜੀ ਹੈਗੀ ਉਹ ਲਾਜ਼ਮੀ ਕਰੋ ਸਰ ਉਹਨੂੰ ਵੀ ਖਤਮ ਕਰ ਦੀਏ ਹਾਂਜੀ ਸਰ ਉਹਨੂੰ ਖਤਮ ਕਰ ਦੀਏ ਠੀਕ ਹੋ ਗਿਆ ਸਰੋਂ ਹੀ ਮਸਲਾ ਜ਼ਿਆਦਾ ਜ਼ਿਆਦਾ ਮਸਲਾ ਸਰੋਂ ਦਾ ਹੀ ਹਾਂ ਦੂਸਰਾ ਤਾਂ ਦੂਸਰੇ ਪਾਣੀ ਤੇ ਹੋ ਜਾਏਗੀ ਸਪਰੇਅ ਤੁਹਾਡੀ ਅੱਛਾ ਹਾਂਜੀ ਇਹ ਦੂਸਰਾ ਪਾਣੀ ਫਿਰ ਪਹਿਲੇ ਪਾਣੀ ਤੋਂ ਕਿੰਨੇ ਦਿਨਾਂ ਬਾਅਦ ਲਾਈਦਾ ਉਹ ਤਾਂ ਜ਼ਮੀਨ ਦੇ ਹਿਸਾਬ ਦੇਖ ਲਓ ਤੁਸੀਂ ਤਕਰੀਬਨ ਮਹੀਨਾ ਲੱਗ ਜਾਏਗਾ ਮਹੀਨੇ ਬਾਅਦ ਯਾਨੀ ਇਹ ਆਪਾਂ ਜਿਹੜੀ ਹੈਗੀ ਐ ਇਹ ਬੱਤਰ ਰੱਖਣਾ ਹੁੰਦਾ ਜ਼ਮੀਨ ਦੇ ਵਿੱਚ ਬੱਤਰ ਯਾਨੀ ਕਿ ਥੋੜਾ ਬਹੁਤ ਨਮੀ ਜ਼ਮੀਨ ਦੇ ਵਿੱਚ ਬਰਕਰਾਰ ਰੱਖਣੀ ਹੁੰਦੀ ਹੈ ਉਸ ਹਿਸਾਬ ਨਾਲ ਹੀ ਪਾਣੀ ਤੁਸੀਂ ਇਹ ਲਾਉਣਾ ਹੁੰਦਾ ਜ਼ਮੀਨ ਨੂੰ ਆਪ ਚੈੱਕ ਕਰਕੇ ਜੇ ਤੁਸੀਂ ਜ਼ਮੀਨ ਸਕਾ ਲਓਗੇ ਤੁਹਾਡੀ ਕਣਕ ਨਾਲੀ ਕੱਢ ਜਾਏਗੀ ਜਲਦੀ ਛਿੱਟਾ ਲਿਆਏਗੀ ਫਾਇਦਾ ਕੋਈ ਨਹੀਂ ਹੁੰਦਾ ਸਿੰਗਲ ਰਹੇਗੀ ਅੱਛਾ ਅੱਛਾ ਬੂਟਾ ਨਹੀਂ ਮਾਰੇਗੀ ਸਹੀ 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 अच्छा अशरफ भाई आज दी वीडियो नु, ख्याल नु वीडियो मेरे ख्याल ایتھے ਆਪਾਂ ਖਤਮ ਕਰਦੇ ਆ ਗੱਲਾਂ ਨੂੰ ਸਮੇਟਦੇ ਆ ਵੀਡੀਓ ਜ਼ਿਆਦਾ ਲੰਬੀ ਹੋ ਜਾਏ ਤਾਂ ਮੇਰੇ ਭਰਾ ਉਹਨੂੰ ਦੇਖਣਾ ਪਸੰਦ ਨਹੀਂ ਕਰਦੇ ਨਾ ਕਿਉਂਕਿ ਹਰ ਕਿਸੇ ਕੋਲ ਟਾਈਮ ਛੋਟ ਹੁੰਦਾ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੀਆਂ ਛੋਟ ਛੋਟ ਵੀਡੀਓਜ਼ ਬਣਾ ਕੇ ਤੁਹਾਨੂੰ ਮੁਖਲਫ ਅਸਲਾਂ ਦੇ ਬਾਰੇ ਵਿੱਚ ਦਸੀਏ ਤੇ ਮੁਖਲਫ ਜਿਹੜੇ ਉਹਦੇ ਮਸਲੇ ਮਸਾਇਲ ਉਹ ਵੀ ਡਿਸਕਸ ਕਰੀਏ ਆਪਾਂ ਸ਼ੁਕਰੀਆ ਦਾ ਕਰਦੇ ਆ मोहम्मद अशरफ ਸਾਹਿਬ ਦਾ ਵੀ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਅਗਲੀ ਵੀਡੀਓ ਤੱਕ ਇਜਾਜ਼ਤ ਦਿਵੋ तो वीडियो पसंद आई हो लाइक शेयर लाजमी करना इस चैनल में भी सबसक्राइब कर लो ताकि तो मुलाकात होंगी रहे अगली वीडियो तक अल्लाह हाफिज़ रब रखा पाकिस्तान जिंदाबाद